라이그지닷컴 ਖਾਲਸਾ ਮਾਈਕਰੋ ਜੀ ਫਤਿਹ ਅਮ ਜਿਸ ਮੇਨਕੋ ਜੀ ਸਾਨੂੰ ਖਾਲਸਾ ਸਕੂਲ ਬਾਰੇ ਹੋਰ ਕੋਈ ਸਾਨੂੰ ਜਾਣਕਾਰੀ ਦਿਓ ਪਹਿਲਾਂ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਵਾਦ ਜਿਹੜੇ ਸਾਡੇ ਨਾਲ ਜੁੜੇ ਨੇ ਅੱਜ ਅਸੀਂ ਇੱਥੇ ਤੁਹਾਡੇ ਸਾਹਮਣੇ ਆਇਆ ਕੁਝ ਖਾਲਸਾ ਗੁਰਮਤ ਸੈਂਟਰ ਬਾਰੇ ਗੱਲਬਾਤ ਕਰਨ ਲਈ ਤੇ ਕੁਝ ਜਿਹੜੀ ਕਾਰਾ ਕਰਨ ਲੱਗਿਆ ਉਹਦੇ ਬਾਰੇ ਕੁਝ ਦੱਸਣ ਲਈ ਸੋ ਕਹਿੰਦੇ ਖਾਲਸਾ ਗੁਰਮਤ ਸੈਂਟਰ ਜਿਹਦੇ ਬਾਰੇ ਤੁਸੀਂ ਪੁੱਛਿਆ ਖਾਲਸਾ ਗੁਰਮਤ ਸੈਂਟਰ ਸਿੱਖ ਕਮਿਊਨਿਟੀ ਦਾ ਇਦਾਂ ਦਾ ਸੈਂਟਰ ਹੈ ਜਿੱਥੇ ਅਸੀਂ ਬੱਚੇ ਪੈਰੈਂਟਸ ਵੱਡੇ ਸਾਰੇ ਰਲ ਕੇ ਇੱਕ ਇੱਕ ਸਟਰੋਂਗ ਕਮਿਊਨਿਟੀ ਦਾ ਨਿਰਮਾਣ ਕਰਨ ਵਿੱਚ ਜੁੜੇ ਹੋਇਆ ਸੋ ਉਹ ਉਹਦੇ ਪੱਖੋਂ ਅਸੀਂ ਤਿੰਨ ਚੀਜ਼ਾਂ ਤੇ ਫੋਕਸ ਕਰਦੇ ਹਾਂ ਇੱਕ ਹੈਗਾ এডੂਕੇਸ਼ਨ ਤੇ ਕੀ ਪਛਾਣੋ ਕਿਸ ਤਰੀਕੇ ਦੇ ਨਾਲ ਵੱਤ ਤੋਂ ਵੱਧ ਸੋਹਣੇ ਤਰੀਕੇ ਦੇ ਨਾਲ ਐਜੂਕੇਸ਼ਨ ਦਿੱਤੀ ਜਾਏ ਦੂਜੀ ਗੱਲ ਹੈ ਕਿ ਇੰਪਾਵਰਮੈਂਟ ਕਿ ਕਿਸ ਤਰੀਕੇ ਦੇ ਨਾਲ ਆਪਣੀ ਕਮਿਊਨਿਟੀ ਨੂੰ ਇੰਪਾਵਰ ਕੀਤਾ ਜਾਏ ਕਿ ਉਹ ਇੱਥੇ ਦੇ ਜਿਹੜੇ ਇੰਸਟੀਚੂਸ਼ਨਸ ਹੈਗੇ ਨੇ ਇੱਥੇ ਦੇ ਨਾਨ-ਪ੍ਰੋਫਿਟਸ ਨਾਲ ਗਵਰਨਮੈਂਟ ਦੇ ਵਿੱਚ ਕਿਸ ਤਰੀਕੇ ਨਾਲ ਵੱਤ ਤੋਂ ਵੱਧ ਉਹਦੇ ਵਿੱਚ ਜੁੜਨ ਤੇ ਤੀਜੀ ਗੱਲ ਹੈ ਇੰਗੇਜਮੈਂਟ ਕਿ ਕਿਸ ਤਰੀਕੇ ਦੇ ਨਾਲ ਸਾਡੀ ਕਮਿਊਨਿਟੀ ਇੰਗੇਜ ਰਹੇ ਪਾਵੇ ਉਹ ਗਵਰਨਮੈਂਟ ਦੇ ਨਾਲ ਲੱਗਿਆ ਹੈ ਪਾਵੇਂ ਉਹ ਹੈਲਥ케ਅਰ ਇੰਸਟੀਚੂਨਸ ਨਾਲ ਲੱਗੀ ਹੈ ਫਰ ਵੀ ਕਿੰਗ ਕਾਉਂਟੀ ਦੇ ਨਾਲ ਲੱਗੀ ਹੈ ਕਿਸ ਤਰੀਕੇ ਦੇ ਨਾਲ ਰਹੀ ਉਹਨਾਂ ਦੇ ਨਾਲ ਇੰボルਵ ਹੋਈ ਹੈ ਸੋ ਉਹ ਦੇਖਦੇ ਆ ਹੋਇਆ ਜਿਹੜੇ ਪ੍ਰੋਗਰਾਮਸ ਨੇ ਕੁਝ ਬੱਚਿਆਂ ਲਈ ਨੇ ਕੁਝ ਵੱਡਿਆਂ ਲਈ ਨੇ ਕੁਝ ਬਜ਼ੁਰਗਾਂ ਲਈ ਹੈ ਕਿਆਂ ਜਾਕੀ ਅਸੀਂ ਇੱਕ ਸਟਰੋਂਗ ਕਮਿਊਨਿਟੀ ਐਸ ਵਾਸ਼ਿੰਗਟਨ ਸਟੇਟ ਵਿੱਚ ਤੇ ਆ ਰਕਰ ਸਕੀਏ ਪਰਫੈਕਟ ਸੋ ਸਰਨਿਕ ਇਸ ਆਫ ਸੈਪਟੈਂਬਰ 23 ਨੂੰ ਗੈਲਾ ਆ ਸੋ ਗੈਲਾ ਹੁੰਦਾ ਕੀ ਆ ਕਿ ਸਾਰਿਆਂ ਨੂੰ ਦੱਸੋ ਕੀ ਹੁੰਦਾ ਉੱਤੇ ਹੁੰਦਾ ਕੀ ਆ ਬਿਲਕੁਲ ਗੈਲਾ ਅਸੀਂ ਸੈਪਟੈਂਬਰ 23 ਨੂੰ ਜਿਦਾ ਕਿ ਗੁਰਸ਼ਾਨ ਨੇ ਦੱਸਿਆ ਤੁਹਾਨੂੰ ਅਸੀਂ ਕੇਜੀਸੀ ਦਾ ਗੈਲਾ ਮਨਾਉਣ ਜਾ ਰਹੇ ਆ ਇਹ ਸੈਲੀਬ੍ਰੇਸ਼ਨ ਹੈਗੀ ਹੈ ਸੈਲੀਬ੍ਰੇਸ਼ਨ ਕਿਦੀ ਖਾਲਸਾ ਪੰਥ ਦੀ ਕਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਸਿੱਖ ਨੌਜਵਾਨ ਬੱਚੇ ਵੱਡੇ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਜਾਂ ਜਿਨ੍ਹਾਂ ਨੇ ਸਟਰਗਲ ਕੀਤੀਆਂ ਕਿਸ ਤਰੀਕੇ ਦੇ ਨਾਲ ਅੱਜ ਸਾਨੂੰ ਇਨਸਪਾਇਰ ਕਰਦੇ ਪਏ ਨੇ ਸੋ ਜਿਹੜੀ ਥੀਮ ਹੈਗੀ ਐ ਇਸ ਵਾਰ ਦੀ ਹੈ ਇਨਸਪਾਇਰ ਤੇ ਇਗਨਾਈਟ ਤੇ ਚਾਹਨੇ ਆ ਕਿ ਉਹਦਾ ਉਹਦਾਂ ਦੀਆਂ ਸ਼ਖਸੀਅਤਾਂ ਤੁਹਾਡੇ ਸਾਹਮਣੇ ਉੱਪਰ ਕੇ ਆਣ ਜਿਹੜੀਆਂ ਸਾਰੀ ਉਮਰ ਲਗੀਆਂ ਰਹੀਆਂ ਸਿੱਖ ਕੌਮ ਨੂੰ ਉੱਚਾ ਲੈ ਕੇ ਜਾਣ ਲਈ ਸੋ ਇਹਨਾਂ ਵਿੱਚ ਜਿਨ੍ਹਾਂ ਬੀਬੀ ਜੀ ਪਰਮਜੀਤ ਕੌਰ ਖਾਲਰਾ ਜਿਹੜੇ ਇੰਡੀਆ ਤੋਂ ਆਏ ਨੇ ਉਹ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਮਿਸਿਸ ਜਗਨੇ ਜਿਨ੍ਹਾਂ ਨੇ ਕੌਮ ਦੇ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਜਿਹੜਾ ਪਰਿਵਾਰ ਹੈ ਉਹਨੇ ਵੀ ਸ਼ਹੀਦਾਂ ਦੀਆਂ ਫੈਮਲੀਆਂ ਦੇ ਨਾਲ ਜੁੜੇ ਹੋਏ ਨੇ ਉਸੇ ਤਰੀਕੇ ਨਾਲ ਸਰਦਾਰ ਬਖਤੇਸ਼ ਸਿੰਘ ਟਲੋਂ ਜਿਹੜੇ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੇ ਵਿੱਚ ਉਹਨਾਂ ਨੇ ਸਟਰਗਲ ਕੀਤਾ ਉਹ ਲੈ ਕੇ ਗਏ ਕੈਨੇਡੀਅਨ ਗਵਰਨਮੈਂਟ ਨੂੰ 올 ਦਿ ਵੇ ਟੂ ਦ ਸੁਪਰੀਮ ਕੋਰਟ ਜਾਕੀ ਸਿੱਖੀ ਸਿੱਖੀ ਸਿੱਖਾਂ ਦੇ ਹੱਕਾਂ ਦੇ ਲਈ ਉਹ ਸਿੱਖੀ ਦਸਤਾਰ ਲਈ ਸਿੱਖ ਪਹਿਰਾਵੇ ਦੇ ਲਈ ਉਹ ਯਤਨ ਛਿਲ ਰਹਨ ਉਸੇ ਤਰੀਕੇ ਦੇ ਨਾਲ ਇਕਵਿੰਦਰ ਸਿੰਘ ਘੀਰ ਜਿਹੜੇ ਕੀ ਸਾਡੇ ਫੈਡਰਲ ਕੈਨੇਡਾ ਦੇ ਜਿਹੜੀ ਗਵਰਨਮੈਂਟ ਹੈਗੀ ਹੈ ਉਹਦੇ ਵਿੱਚ ਇਲੈਕਟਡ ਰੈਪ੍ਰੈਜ਼ੈਂਟੇਟਿਵ ਹੈਗੇ ਨੇ ਸੋ ORNA ਪ੍ਰਮੋਲ ਜੈਪਾਲ ਕਾਂਗਰਸ ਔਮਨ ਜਿਹੜੇ ਵਾਸ਼ਿੰਗਟਨ ਸਟੇਟ ਦੇ ਨੇ ਉਹ ਜੁੜਨਗੇ ਇਸੇ ਤਰੀਕੇ ਦੇ ਨਾਲ ਕੋਈ ਫਿਜ਼ੀਸ਼ੀਨ ਹੈਗੇ ਨੇ ਕੁਝ ਐਂਟਰਪ੍ਰੈਨਿਓਰ ਹੈਗੇ ਨੇ ਵੰਡਰਫੁਲ ਪੀਪਲ ਜਿਹੜੇ ਸਾਡੇ ਨਾਲ ਉਸ ਦਿਨ ਜੁੜਨਗੇ ਜਾਂ ਕਿ ਉਹ ਸਾਡੇ ਬੱਚਿਆਂ ਨੂੰ ਸਾਡੇ ਵੱਡਿਆਂ ਨੂੰ ਇਨਸਪਾਇਰ ਕਰ ਸਕਣ ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਜਿਹੜੀ ਜਰਨੀ ਹੈ ਉਹ ਸ਼ੇਅਰ ਕਰ ਸਕਣ ਸੋ ਇਹ ਗੱਲਾਂ ਤੇ ਆਉਣ ਨੂੰ ਵਾਈਜ਼ ਇਨ ਇੰਪੋਰਟ ਜ਼ਰੂਰੀ ਕਾਤੇ ਹੈ ਕਿ ਐਸੀ ਐਸ ਤਰ੍ਹਾਂ ਦੇ ਪ੍ਰੋਗਰਾਮ ਤੇ ਪਹੁੰਚੀਏ ਬਹੁਤ ਅੱਛਾ ਕੁਐਸਚਨ ਹੈ ਕਿ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਸਾਡੇ ਬੱਚੇ ਰਾਈਟ ਜਿਹੜੇ ਅਸੀਂ ਜਿਹੜੀ ਕੌਮ ਦਾ ਜਿਹੜੇ ਅੱਗੇ ਪਨੀਰੀ ਦਾ ਨਿਰਮਾਣ ਕਰਨਾ ਚਾਹੁੰਦੇ ਆ ਦੇ ਨੀਡ ਟੂ ਅੰਡਰਸਟੈਂਡ ਕਿ ਸਿੱਖੀ ਇਜ਼ ਨਾਟ ਅ ਲਿਮਿਟੇਸ਼ਨ ਸੋ ਕਦੀ ਨਹੀਂ ਵਾਰੀ ਮੈਂ ਸੁਣਦਾ ਕਿ ਜੀ ਇਹ ਸਿੱਖੀ ਦਾ ਪਹਿਰਾਵਾ ਜਿਹੜਾ ਹੈਗਾ ਸਿੱਖੀ ਇਹ ਸਾਨੂੰ ਲਿਮਿਟ ਕਰਦੀ ਹੈ ਇਹ ਹੈਗੇ ਨੇ ਜਿਹੜੇ ਬੱਚੇ ਵੱਡੇ ਸਾਰੇ ਐਗਜ਼ੈਂਪਲੀਫਾਈ ਕਰਦੇ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਸਿੱਖੀ ਸਰੂਪ ਦੇ ਵਿੱਚ ਰਾ ਕੇ ਡਿਸਟਿੰਗੁਇਸ਼ ਹੋ ਸਕਦੇ ਹੋ ਆਪਣੇ ਪਬਲਿਕ ਲਾਈਫ ਵਿੱਚ ਆਪਣੇ ਪ੍ਰੋਫੈਸ਼ਨਲ ਲਾਈਫ ਵਿੱਚ ਆਪਣੇ ਕੈਰੀਅਰ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਦੇਖਣ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਅਚੀਵਮੈਂਟਸ ਕੀਤੀਆਂ ਆਪਣੀ ਜ਼ਿੰਦਗੀ ਦੇ ਵਿੱਚ ਤੇ ਉਹ ਅਚੀਵਮੈਂਟ ਨਾਲ ਅਸੀਂ ਸਾਰੇ ਇਨਸਪਾਇਰ ਹੋਈਏ ਤੇ ਇਹ ਕਰੀਏ ਕਿ ਸਾਡੇ ਬੱਚੇ ਉਹ ਚੀਜ਼ਾਂ ਆਪਣੇ ਮਨਾਂ ਦੇ ਵਿੱਚ ਬਿਠਾ ਲੈਣ ਕਿ ਇਹ ਲਿਮਿਟੇਸ਼ਨ ਨਹੀਂ ਹੈ ਇਹ ਤੇ ਗੁਰੂ ਦਾ ਸਾਨੂੰ ਬਖਸ਼ਿਸ਼ ਹੋਈ ਹੈ ਕਿ ਸਾਨੂੰ ਪਹਿਚਾਨ ਬਖਸ਼ੀ ਹੈ ਜਿਹੜੀ ਸਾਨੂੰ ਅੱਗੇ ਵਧਣ ਲਈ ਪ੍ਰੇਰਦੀ ਹੈ ਅਕਲ ਜੀ ਆ ਤਾਂ ਵੈਂਟ ਤੁਹਾਡਾ ਅੱਜ ਦਾ ਬਹੁਤ ਵਧੀਆ ਜਿਹੜਾ ਕੰਮ ਲੱਗੇ ਆ ਸੋ ਮੈਂ ਸਪੋਰਟ ਆਪਣੀ ਕਿਦਾਂ ਸ਼ੋਅ ਕਰ ਸਕਦਾ ਮੈਂ ਟਿਕਟ ਟੱਕ ਦਾ ਵੈਟ ਨਹੀਂ ਲੈ ਸਕਦਾ ਆ ਯਾ ਬਹੁਤ ਅੱਛਾ ਆ ਗਿਆਨ ਕੁਐਸਚਨ ਦੋ ਤਰੀਕੇ ਆ ਕਿਨ ਇੱਕ ਤੇ ਅਗਰ ਸਪੋਰਟ ਕਰਨੀ ਹੈ ਤੇ ਸਪਾਂਸਰਸ਼ਿਪਸ ਹੈਗੀਆਂ ਤੁਸੀਂ ਸਪਾਂਸਰ ਕਰ ਸਕਦੇ ਹੋ ਇਵੈਂਟ ਦੇ ਵਿੱਚ ਡਿਫਰੈਂਟ ਟੀਅਰਸ ਹੈਗੀਆਂ ਉਹਨਾਂ ਨੂੰ ਕਰ ਸਕਦੇ ਹੋ ਪਰ ਮੋਰ ਇੰਪੋਰਟੈਂਟਲੀ ਐਸਨੂ ਰੀਅਲੀ ਸਪੋਰਟ ਕਰ ਦਿੰਦੇ ਹੋ ਜਦ ਤੁਸੀਂ ਆਓ ਤੁਸੀਂ ਇਸ ਇਵੈਂਟ ਦਾ ਹਿੱਸਾ ਬਣੋ ਸੈਪਟੈਂਬਰ 23 ਨੂੰ 5:30 ਵਜੇ ਮੈਗੈਵਿਕ ਜਿਹੜਾ ਕਾਨਫਰੰਸ ਸੈਂਟਰ ਹੈਗਾ ਲੇਕਵੁੱਡ ਦੇ ਵਿੱਚ ਉੱਥੇ ਤੁਸੀਂ ਪਹੁੰਚੋ ਤੇ ਇਸ ਇਸ सेलिब्रेशन ਦਾ ਹਿੱਸਾ ਬਣੋ ਤੇ ਉਹਦੇ ਲਈ ਜਿਹੜੀਆਂ ਟਿਕਟਾਂ ਹੈਗੀਆਂ ਉਹ ਖਾਲਸਾ ਗੁਰਮਤ ਸੈਂਟਰ ਦੀ ਵੈਬਸਾਈਟ ਤੇ ਮਿਲ ਸਕਦੀਆਂ ਖਾਲਸਾ ਗੁਰਮਤ ਸੈਂਟਰ ਤੇ ਮਿਲ ਸਕਦੀਆਂ ਸੁਮੇਤ ਕੌਰ ਦੀ ਇਨਫੋਰਮੇਸ਼ਨ ਹੈਗੀ ਆ ਆਨਲਾਈਨ ਵੀ ਹੈਗੀ ਆ ਉਹਨਾਂ ਨੂੰ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਫੇਸਬੁੱਕ ਤੇ ਇਨਫੋਰਮੇਸ਼ਨ ਹੈ ਸਾਡੀ ਵੈਬਸਾਈਟ khalsa gurmat center.org ਉਹਦੇ ਤੇ ਜਾ ਕੇ ਤੁਸੀਂ ਵੀ ਲੈ ਸਕਦੇ ਹੋ ਜਾਂ ਉਤੋਂ ਹੋਰ ਇਨਫੋਰਮੇਸ਼ਨ ਵੀ ਲੈ ਸਕਦੇ ਹੋ ਥੈਂਕ ਯੂ ਸੋ ਮਚ ਸੋ ਥੈਂਕ ਯੂ ਕਿ ਤੁਹਾਡਾ ਬਹੁਤ ਟਾਈਮ ਕੱਢਣ ਦਾ ਥੈਂਕ ਯੂ ਫॉर ਆਨਸਰਿੰਗ ਸਾਡੇ ਜਿਹੜੇ ਵੀ ਸਵਾਲ ਸੀਗੇ ਸੋ ਥੈਂਕ ਯੂ ਗੁਰਸ਼ਾਨ ਸੋ ਮਚ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰ ਸਮੁੰਦਰੋਂ ਪਿੰਡ ਵਸਾਈਏ ਜੋ ਦਿਲਾਂ ਵਿੱਚ ਵਸੇ ਰਿਸ਼ਤਿਆਂ ਵਾਲਾ ਨਿਗਮਾਣੀਏ ਚੜਦਾ ਸੂਰਜ ਦੱਸੇ ਅਸਲੀ ਚਿਹਰੇ ਸਾਹਮਣੇ ਆਏ ਵਕਤ ਜਰੀਲਾ ਢੱਸੇ ਮੁਸ਼ਕਲਾਂ ਦਾ ਹੀ ਨਾਮ ਹੈ ਜ਼ਿੰਦਗੀ ਪਾਏ ਨਾ ਜਾਂਦੇ ਰਸੇ ਪਾਏ ਨਾ ਜਾਂਦੇ ਰਸੇ ਪੱਤਾ ਟਾਣੀ ਦਾ ਟੁੱਟ ਜਾਏ ਤੇ ਦੂਦਲ ਚ ਸੁੱਕ ਜਾਂਦਾ ਤੇ ਤੁਸੀਂ ਸਾਨੂੰ ਜੜੂ ਹੀ ਕੱਢਣ ਦੀ ਸੋਚ ਰਹੇ ਹੋ